ਜੈ ਹਿੰਦ ਲਵ ਯੂ ਕੀ ਹਾਲ ਹੈ ਲਵ ਯੂ ਤੈਨੂੰ ਪਤਾ ਮੈਂ ਕੀ ਇਨਫੋਰਮੇਸ਼ਨ ਦੇਣੀ ਆ ਸਰ ਕੀ ਇਨਫੋਰਮੇਸ਼ਨ ਤੈਨੂੰ ਡੀਐਸਪੀ ਸਾਹਿਬ ਦਾ ਫੋਨ ਨਹੀਂ ਆ ਸੱਚ ਸੌਰੀ ਉਹਦੀਆਂ ਤੇ ਤੈਨੂੰ ਸਿਰਫ ਲਾਂਤਾਂ ਹੀ ਆਉਂਦੀਆਂ ਮੇਰਾ ਕਹਿੰਦਾ ਮਤਲਬ ਤੈਨੂੰ ਪਤਾ ਇੱਕ ਨਵੀਂ ਨਿਊਜ਼ ਜਿਹੜੀ ਸਾਡੇ ਸ਼ੋਅ ਦੇ ਰਿਗਾਰਡਿੰਗ ਜੁੜੀ ਆ ਉਹ ਦਰਸ਼ਕਾਂ ਨੂੰ ਦੇਣੀ ਬੜੀ ਜ਼ਰੂਰੀ ਹੈ ਸਰ ਨਿਊਜ਼ ਮਤਲਬ ਕੀ ਹੈਗੀ ਹੈ ਤੁਸੀਂ ਇਨਫੋਰਮੇਸ਼ਨ ਇਨਫੋਰਮੇਸ਼ਨ ਹਾਂ ਉਹ ਨਿਊਜ਼ ਹੈ ਸਰ ਪੁੱਤਰ ਜਦੋਂ ਇਨਫੋਰਮੇਸ਼ਨ ਮੈਂ ਨਹੀਂ ਉਹਨਾਂ ਦੇ ਲਈ ਤੇ ਨਿਊਜ਼ ਹੀ ਹੈ ਨਵੀਂ ਨਿਊਜ਼ ਨਵੀਂ ਖਬਰ ਤੇ ਸਰ ਸਾਡੇ ਲਈ ਵੀ ਫਿਰ ਨਿਊਜ਼ ਹੀ ਹੋਗੀ ਨਾ ਫਿਰ ਬੇਟਾ ਸਾਡੇ ਲਈ ਇਨਫੋਰਮੇਸ਼ਨ ਆ ਹੀ ਅੱਗੇ ਦਵਾਂਗੇ ਤੇ ਨਿਊਜ਼ ਬਣੇਗੀ ਨਾ ਹਾਂ ਜੀ ਸਰ ਸਾਡੀਆਂ ਗੱਲਾਂ ਦੀਆਂ ਫਿਰ ਲੈ ਪੁੱਤਰ ਹਾਦਸੇ ਦੀ ਨਿਊਜ਼ ਵਰਗਾ ਤੇਰਾ ਮੂੰਹ ਹੈ ਕੈਸੀਆਂ ਤੂੰ ਗੱਲਾਂ ਕਰਨੀ ਮੈਨੂੰ ਨਿਊਜ਼ ਦੇ ਲੈ ਦੇ ਅੱਛਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਸਾਰਿਆਂ ਨੂੰ ਕਿ ਦੇਖੋ ਜਿਹੜਾ ਸਾਡਾ ਸ਼ੋਅ ਹੈ ਜਿਸ ਤਰ੍ਹਾਂ ਸਾਡੇ ਬੜੇ ਸਾਡੇ ਦਰਸ਼ਕ ਨੇ ਉਹ ਜਿਹੜੇ ਸਾਨੂੰ 24/7 ਤੇ ਦੇਖਦੇ ਹੁੰਦੇ ਸੀ ਅਸੀਂ ਉਹ ਜਿਹੜਾ ਜਸਟ 24/7 ਹੈ ਨਾ ਉਹ ਸਾਡਾ ਜਿਹੜਾ ਮੁੰਡਾ ਉਹ ਵੱਡਾ ਹੋ ਗਿਆ ਥੋੜ੍ਹਾ ਜਿਹਾ ਅਤੇ ਉਹਦੇ ਅਸੀਂ ਨਾਮਕਰਨ 'ਚ ਥੋੜ੍ਹੀ ਚੇਂਜ ਹੀ ਕੀਤੀ ਹੈ ਅਤੇ ਉਹਦਾ ਨਾਂ ਅਸੀਂ ਹੁਣ ਰੱਖਤਾ ਜਸ ਹਿੰਦੀ ਯਾਨੀ ਕਿ ਤੁਸੀਂ ਹੁਣ ਸਾਨੂੰ ਜਸ ਹਿੰਦੀ ਤੇ ਦੇਖਿਆ ਕਰੋਗੇ ਸਪੈਸ਼ਲੀ ਜਿਹੜੇ ਅਮਰੀਕਾ ਵਾਲੇ ਸਾਡੇ ਹੈਗੇ ਆ ਬਾਕੀ ਵੀ ਜਿਹੜੇ ਜਿਹੜੇ ਸਾਨੂੰ ਜਸ 24/7 ਤੇ ਦੇਖਦੇ ਆ ਉਹਨਾਂ ਨੂੰ ਦੱਸ ਦਈਏ ਕਿ ਜਿਹੜਾ ਹੁਣ ਸਾਡੇ ਚੈਨਲ ਦਾ ਨਾਮ ਹੈ ਜਸ ਹਿੰਦੀ ਹੋ ਗਿਆ ਇਹ ਨਾ ਹੋਵੇ ਕਿ ਤੁਸੀਂ ਜਸ 24/7 ਲੱਭਣੇ ਸ਼ੁਰੂ ਕਰੋ ਬਾਅਦ ਲੱਭੇ ਨਾ ਬਾਅਦ ਕੋ ਫਿਰ ਚੈਨਲ ਹੀ ਗੈਪ ਹੋ ਗਿਆ ਚੈਨਲ ਗੈਪ ਨਹੀਂ ਹੋ ਗਿਆ ਮੁੰਡਾ ਵੱਡਾ ਹੋ ਗਿਆ ਮੁੰਡੇ ਦਾ ਨਾਂ ਰੱਖਤਾ ਜਸ ਹਿੰਦੀ ਸੋ ਜਸ ਹਿੰਦੀ ਤੇ ਤੁਸੀਂ ਸਾਰਿਆਂ ਨੇ ਦੇਖਣਾ ਠੀਕ ਹੈ ਜੀ ਇਹ ਇਨਫੋਰਮੇਸ਼ਨ ਬਾਕੀ ਜਿਹੜੇ ਜਿਹੜੇ ਤੁਸੀਂ ਪੈਕੇਜ ਲਏ ਆ ਉਸ ਪੈਕੇਜ ਦੇ ਹਿਸਾਬ ਨਾਲ ਸਾਨੂੰ ਤੁਸੀਂ ਇੰਜੋਏ ਕਰੋ ਸਾਡਾ ਸ਼ੋਅ ਇੰਜੋਏ ਕਰੋ ਕਾਲ ਕਰੋ ਆਸ਼ੀਰਵਾਦ ਦਿਓ ਸਪੋਰਟ ਕਰੋ ਬਸ ਇਹੀ ਚਾਹੀਦਾ ਸਾਨੂੰ ਤੁਸੀਂ ਜਿਨ੍ਹਾਂ ਨੇ ਪੈਕੇਟ ਲਏ ਹੈ ਪੈਕੇਟ ਲਏ ਜਿਨ੍ਹਾਂ ਉਹ ਪੁੱਤਰੇ ਕੋ ਪੈਕੇਟ ਦੇ ਨਾਲ ਨਾਲ ਇੱਕ ਚਾਦਰ ਲੈਣ ਹਾਂਜੀ ਸਰ ਚਾਦਰ ਦੇ ਨਾਲ ਇੱਕ ਕੋਲਡ ਡਰਿੰਕ ਲੈਣ ਹਾਂਜੀ ਸਰ ਤੇ ਇੱਕ ਨਿੱਕੀ ਜੀ ਬਕਟ ਲੈਣ ਤੇ ਪੁੱਤਰ ਐਤਵਾਰ ਨੂੰ ਕੋਈ ਪਾਰਕ ਲੱਭਣ ਤੇ ਉੱਥੇ ਜਾ ਕੇ ਇੰਜੋਏ ਕਰਨ ਪੈਕੇਟ ਪਾੜਨ ਤੇ ਉੱਚ ਚਿਪਸ ਖਾਣ ਹੋਰ ਕਿਹੜੇ ਪੈਕੇਟ ਦੀ ਸਿਰ 2 ਮਿੰਟ ਦੀ ਕਦਮ ਹੈ ਨਾ ਬਾਕੀ ਸਾਰਾ ਦਿਨ ਕੀ ਕਰੂੰਗੇ ਉੱਥੇ ਬਾਕੀ ਪਲੇਟ ਲੈ ਜਾਣ ਪੁੱਤਰ ਸੁੱਟਣ ਵਾਲੀ ਤੇਰੇ ਵਰਗੀ ਮੂੰਹ ਨਾ ਕੈਚ ਕਰਿਆ ਕਰੂਗੀ ਉਹ ਡੁੱਡ ਕੇ ਇੱਥੇ ਕਰਨੀ ਆ ਤੂੰ ਮੈਂ ਨਹੀਂ ਕਰਦੀ ਸਰ ਮੈਂ ਹੱਥ ਨਾਲ ਕਰਦੀ ਹੁੰਦੀ ਆ ਕੀ ਕੈਚ ਸਰ ਉਹ ਪੁੱਤਰ ਜਿਹੜਾ ਤੂੰ ਕੈਚ ਕਰਨੀ ਆ ਨਾ ਤੇਰੇ ਹੱਥ ਕੰਬਦੇ ਆ ਤੇਰੇ ਕੋ ਕੈਚ ਵੀ ਨਹੀਂ ਸਹੀ ਹੁੰਦਾ ਸਮਝ ਆਈ ਤੈਨੂੰ ਆਂਦੇ ਲੋਕ ਵੀ ਜੇ ਬਾਅਦ 'ਚ ਜੀ ਲੋਕਾਂ ਨੇ ਤੈਨੂੰ ਕਹਿਣਾ ਕਿ ਬੋਲੀ ਸੁਣਾ ਦੇ ਪਹਿਲੇ ਤੂੰ ਸੁਣਾ ਕੇ ਮਨ ਖਰਾਬ ਕਰਦੇ ਹਾਂ ਸੁਣਾ ਕੋ ਬੋਲੀ ਵਧੀਆ ਜੀ ਕੋ ਦਿਨ ਦੀ ਸ਼ੁਰੂਆਤ ਚੰਗੀ ਕਰ ਹਾਂਜੀ ਸਰ ਸੁਣੋ ਬਾਰੀ ਬਰਸੀ ਕੱਟਣ ਗਈ ਸੀ ਬਾਰੀ ਬਰਸੀ ਕੱਟਣ ਗਈ ਸੀ ਕੱਟ ਕੇ ਲਿਆਂਦੇ ਆ ਪਰਛਾਈਆਂ ਵਾ ਵਾ ਲੋਕਾਂ ਨੂੰ ਤੇ ਛੱਡਦੀ ਨਹੀਂ ਹੁਣ ਪਰਛਾਈਆਂ ਵੀ ਨਾ ਛੱਡੀ ਅੱਛਾ ਜੰਮਿਆ ਤੇ ਮਿਲਣ ਵਧਾਈਆਂ ਜੱਗ ਜੰਮਿਆ ਹਾਏ ਹਾਏ ਜੰਮਿਆ ਤੇ ਮਿਲਣ ਵਧਾਈਆਂ ਹੋ ਜੱਗ ਜੰਮਿਆ ਤੈਨੂੰ ਕਾਹਦੀਆਂ ਵਧਾਈਆਂ ਮਿਲੀਆਂ ਤੂੰ ਕੀ ਢੋਲਕੀ ਵਰਗਾ ਮੂੰਹ ਲੈ ਕੇ ਉਧਰ ਵਧਾਈ ਲੈਣ ਗਈ ਸੀ ਉਹਨਾਂ ਘਰ ਚ ਲੋਕਾਂ ਭਲੇਖਾ ਪੈ ਗਏ ਜਿਹੜੇ ਉਹਨੇ ਦੇ ਘਰ ਮਤਲਬ ਜਿਹੜੇ ਵਧਾਈ ਦੇਣ ਆਏ ਸੀ ਨਾ ਉਹ ਸਾਡੇ ਘਰ ਆ ਗਏ ਕਹਿੰਦੇ ਵਧਾਈਆਂ ਵਧਾਈਆਂ ਮੈਂ ਕਿਹਾ ਜੱਗਾ ਨਾਲ ਦੇ ਘਰ ਜੰਮਿਆ ਕਹਿੰਦੇ ਮੈਂ ਤੇ ਜੱਗੀ ਆ ਉਹ ਤੇ ਜੱਗਾ ਨਾਲ ਦੇ ਘਰ ਜੰਮਿਆ ਹਨ ਸਿਰ ਮੈਂ ਨਹੀਂ ਜੱਗੀ ਜੰਮਿਆ ਇੱਥੇ ਤੈਨੂੰ ਪਤਾ ਨਹੀਂ ਕਾਹਦੀਆਂ ਖੁਸ਼ੀਆਂ ਜੱਗਾ ਜੰਮਿਆ ਗਲੇ 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 ਬਾਹੂ ਬਾਲੇ ਹਾਂ ਸਰ ਜੋਨੇ ਨੇ ਧਰਤੀ ਠਾਲੀ ਵਜਦਾ ਨੇ ਮਿਸਟਰ ਪਾਲੀ ਗਲੇ 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 ਬਾਹੂ ਬਾਲੇ ਓਏ ਓਏ ਉਹ ਬਾਹੂ ਬਲੀ ਫੜ ਲੋ ਜੀ ਭਾਰੀ ਬੋਲਾ ਉਹ ਕਿਸੇ ਗੰਦੇ ਮਹੱਲੇ ਦੇ ਬਾਹੂ ਬਲੀ ਓਏ ਆ ਕੀ ਹੈ ਇਹ ਕਿੱਥੋਂ ਚੁੱਕ ਕੇ ਲਿਆ ਲਿਆ ਤਾਂ ਬੜਾ ਸੋਹਣਾ ਵੈ ਹੁਣ ਆਈ ਹਾਂ ਬਸ ਤੁਸੀਂ ਰੱਖ ਲਓ ਟੇਬਲ ਤੇ ਹੀ ਟੇਬਲ ਖਾਲੀ ਖਾਲੀ ਲਾਦਾ ਹੀ ਉਹ ਪੁੱਤਰ ਉਹ ਤੈਨੂੰ ਮੈਂ ਇੰਨਾ ਸਿਧਾਰਤ ਤੇ ਤੂੰ ਆਪਣੇ ਉਹ ਪੈਸੇ ਕਮਾ ਕੇ ਸਾਡੇ ਲਈ ਉਹ ਤੇ ਉਹ ਆ ਜਾ ਮੇਰੇ ਬੱਚੇ ਉਹ ਮੇਰੇ ਬੱਚੇ ਉਹ ਤੂੰ ਦਿਲ ਭਰ ਤੇ ਉਹ ਕਿਤੋਂ ਆਪਣੀ ਕਮਾਈ ਚੋਂ ਲੈ ਕੇ ਆਇਆ ਉਹ ਨਹੀਂ ਜੀ ਉਹ ਫਿਰ ਕਿੱਥੋਂ ਲਿਆ ਚੋਰੀ ਕਰਕੇ ਜੀ ਤੈਨੂੰ ਪਤਾ ਕਿੰਨੇ ਦੱਸ ਮੈਂ ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ ਉਹ ਫਿਰ ਚੋਰੀ ਕਰਕੇ ਲੈ ਆ ਫਿਰ ਲੱਗਦਾ ਤੇ ਫਿਰ ਵੀ ਸੋਹਣਾ ਹੀ ਆ ਉੱਥੇ ਕੈਮਰੇ ਨਹੀਂ ਲੱਗੇ ਦੁਕਾਨ ਤੇ ਕੈਮਰੇ ਲੱਗੇ ਸੀ ਤੇ ਫਿਰ ਤੂੰ ਤੈਨੂੰ ਡਰ ਨਹੀਂ ਲੱਗਾ ਕੇਸ ਤਾਂ ਇੱਥੇ ਹੀ ਹੋਣਾ ਜੀ ਤੁਸੀਂ ਆਪੇ ਦੇਖ ਲਿਓ ਜੀ ਸੀਸੀਟੀਵੀ ਫੁਟੇਜ ਤਾਂ ਤੁਹਾਡੇ ਕੋਲ ਹੀ ਹੋਣੀ ਹੈ ਜੀ ਚੱਲ ਠੀਕ ਆ ਫਿਰ ਬਾਹਰ ਨਾ ਦੱਸੀ ਕਿਸੇ ਨੂੰ ਬੇਟਾ ਇਹਨੂੰ ਰੱਖ ਲਓ ਪੱਕਾ ਕਰ ਲਓ ਹੈ ਤੇ ਜਿਹੜਾ ਮਾਰਿਆ ਜੀ ਉਹ ਜੀ ਹੁਣ ਤੈਨੂੰ ਕੀ ਕਹਾਂ ਮੈਨੂੰ ਵੀ ਮਾਰ ਲੈ ਇਹ ਕਹਾਂ ਤੈਨੂੰ ਮਾਰ ਲਿਆ ਪੁੱਤਰ ਮਾਰ ਲਿਆ ਫਲੋ 'ਚ ਜਿਹੜਾ ਆਇਆ ਆ ਗਿਆ ਮਾਰਿਆ ਤੈਨੂੰ ਮੈਂ ਕੀਤੀ ਤੇ ਮਰ ਜਾਣਾ ਚੋਰੀ ਆ ਕੀਤੀ ਤੇ ਚੋਰੀ ਆ ਤੂੰ ਮੈਂ ਸੇਮ ਗੱਲ ਕਰਨੇ ਤੇਰੇ ਘਰ ਪਰੌਣੇ ਆਣੇ ਮੈਂ ਆਪਣੇ ਵੜਨ ਨਹੀਂ ਨਾ ਦਿੰਦਾ ਆ ਜਾ ਲੱਕੜ ਚਮੋ ਹੈ ਇਕੱਠੇ ਬੁਲੋ ਲੱਕੜ ਚਮੋ ਮੈਂ ਲੱਕੜ ਤੇਰੇ ਮੂੰਹ ਤੇ ਮਾਰਨੀ ਚੁੰਮਣ ਦੀ ਲੋੜ ਹੀ ਨਹੀਂ ਪੈਣੀ ਤੇਰੇ ਬੁੱਲਾਂ 'ਚ ਫਸਾਦ ਨਹੀਂ ਲੱਕੜ ਲੱਕੜ ਦੀ ਪਾਈ ਏ ਤੇ ਕੀ ਕੀਤਾ ਤੂੰ ਇਹ ਤੈਨੂੰ ਤੇਰੇ ਹਿਸਾਬ ਨਾਲ ਤੂੰ ਇੱਜ਼ਤ ਦਿੱਤੀ ਕੁੜੀ ਨੇ ਜੀ ਤੈਨੂੰ ਚੁਮਾਵਾਂ ਮੈਂ ਮੈਂ ਪੁੱਤਰ ਸਾਰਿਆਂ ਸਾਹਮਣੇ ਇੱਥੋਂ ਸਾਹਮਣੇ ਤੈਨੂੰ ਚੁੰਮੀ ਦਵਾ ਦੇਣੀ ਮੈਂ ਤੇਰੀ ਉੱਤੇ ਦੀ ਫਿਰ ਤੈਨੂੰ ਪਤਾ ਲੱਗਣਾ ਉਦਾਂ ਵੀ ਤਾਂ ਪੈਰ ਚੁੰਮੇ ਦੀ ਵੱਡਿਆਂ ਦੇ ਜੀ ਵੱਡਿਆਂ ਦੇ ਚੁੰਮਦੇ ਤੇ ਆਪਣਾ ਸਾਇਆ ਤੇ ਦੇਖ ਤੂੰ ਕਿਹੜੇ ਹਿਸਾਬ ਨਾਲ ਗੱਲ ਕਹਿਤੀ ਹੈ ਤੈਨੂੰ ਵੱਡਿਆਂ ਦੀ ਕਦੀ ਟੈਨਸ਼ਨ ਨਾ ਚੁੰਮਣ ਦੇ ਉਹਨਾਂ ਨੂੰ ਚੱਪਲ ਸਿਰ ਵੱਡਿਆਂ ਦੀ ਪਾ ਕੇ ਆਇਆ ਉਹਨਾਂ ਨਾ ਉਹਨੂੰ ਸਾਰਾ ਪਤਾ ਦੇਖੋ ਜੀ
ਤੈਨੂੰ ਕਿਉਂ ਨਹੀਂ ਪਤਾ ਪੁੱਤਰ ਕੁਛ ਕਿਉਂ ਕਿਉਂ ਤੂੰ ਮੈਨੂੰ ਦੁਖੀ ਕਰਨ ਲਾਇਆ ਇੱਕ ਤੂੰ ਧਰਤੀ ਲੈ ਆਇਆ ਤੇ ਫਿਰ ਵਧੀਆ ਨਹੀਂ ਕੀਤਾ ਸੀ ਨਹੀਂ ਵਧੀਆ ਤੇ ਕੀਤਾ ਕਿਹਦੀ ਦੁਕਾਨ ਤੇ ਚੁੱਕੀ ਹੈ ਬਿਸ਼ਨ ਦੀ ਉੱਥੇ ਇੱਕ ਹੈਗੇ ਸੀ ਉੱਥੇ ਖਿਡੌਣੇ ਕਢਾਉਣੇ ਪਏ ਸੀ ਸਾਰੇ ਜੀ ਖਿਡੌਣੇ ਵਾਲੀ ਦੁਕਾਨ ਤੋਂ ਜੀ ਅੱਛਾ ਖਿਡੌਣੇ ਵਾਲੀ ਦੁਕਾਨ ਤੋਂ ਲੈ ਕੇ ਆਇਆ ਸਰ ਕਰਨਾਲ ਦੇ ਵਿੱਚ ਹੈ ਹੀ ਨਹੀਂ ਕੀ ਕਰਨਾਲ ਨਹੀਂ ਵਿੱਚ ਦੀਦਾ ਪਸਰ ਕਰਨਾਲ ਨਹੀਂ ਵੇਚਦਾ ਪਿਆ ਨਹੀਂ ਸਰ ਬਾ ਠੀਕ ਆ ਦੂਰ ਵੇਚ ਕੇ ਖਾ ਗਿਆ ਹੋਣਾ 10 ਨੰਬਰ ਦਾ ਚਸ਼ਮਾ ਲਾਣਾ ਪੈਣਾ ਕਰਨਾਲ ਵੇਖਣ ਲਈ ਵਾਹ ਜੀ ਵਾਹ ਲਿਆ 10 ਨੰਬਰ ਦਾ ਚਸ਼ਮਾ ਹੁਣ ਮੈਂ 10 ਨੰਬਰ ਦਾ ਚਸ਼ਮਾ ਲੈ ਕੇ ਆਵਾਂ ਤੇ ਮੈਂ ਕਰਨਾਲ ਜਾ ਕੇ ਨਾ ਕਰਨਾਲ ਵੇਖ ਲਵਾਂਗੀ ਮਰ ਜਾ ਲਓ ਇਹ ਤਾਂ ਸਭ ਤੋਂ ਵਧੀਆ ਗੱਲ ਹੈ ਤਾਂ ਤੂੰ ਮੈਨੂੰ ਇੱਕ ਚੀਜ਼ ਦੱਸ ਜੀ ਕੱਲ ਤੂੰ ਜਦੋਂ ਆਇਆ ਸੀ ਇੱਥੇ ਕੱਲ ਤਾਂ ਤੁਸੀਂ ਬਸ ਮੈਂ ਰਾਜੇ ਮੈਂ ਤੈਨੂੰ ਕੱਲ ਵਾਲੀ ਪ੍ਰੋਬਲਮ ਦਾ ਹੱਲ ਪੁੱਛ ਲੰਗਾ ਤੇਰਾ ਹੱਲ ਨਿਕਲਿਆ ਕੋਈ ਮਸਲਾ ਹੱਲ ਹੋਇਆ ਦਿਮਾਗ ਤੋਂ ਟੈਨਸ਼ਨ ਲੱਥੀ ਸੀ ਕੱਲ ਕਿ ਨਹੀਂ ਮੈਂ ਨਹਿਰ ਤੇ ਜਾ ਕੇ ਕੱਪੜੇ ਧੋਤੇ ਹੀ ਜਾ ਕੇ ਬਹੁਤ ਅੱਛੇ ਤੇ ਫਿਰ ਪਾ ਕੇ ਨਹੀਂ ਆਇਆ ਉਹ ਨਾ ਮੈਂ ਨਹੀਂ ਪਾਇਆ ਅੱਜ ਫੇਰ ਆਪਣੀ ਪੁਰਾਣੀ ਡਰੈਸ ਪਾ ਕੇ ਆ ਗਿਆ ਉਹ ਸੁੱਕਣੇ ਪਾਤੇ ਆ ਜੀ ਕਿੱਡੀ ਤੈਨੂੰ ਇਹ ਸਰਕਾਰ ਵੱਲੋਂ ਮਿਲੀ ਹੈ ਨਾ ਤੈਨੂੰ ਬੜੀ ਉਹ ਰਿਸਪੈਕਟਡ ਡਰੈਸ ਮਿਲੀ ਇੱਜ਼ਤ ਹੁੰਦੀ ਆ ਬਈ ਇਹਨੇ ਕੇਸ ਕੂਸ ਕੀਤੇ ਤਾਂ ਕੈਦੀ ਆਏ ਜੀ ਕੇਸ ਨਹੀਂ ਕੀਤੇ ਤੇਰੀ ਸ਼ਕਲ ਦੇਖ ਕੇ ਲੱਗਦਾ ਇਹਨੇ ਫੇਸ ਵੀ ਨਹੀਂ ਧੋਤਾ ਕੇਸ ਕੀਤੇ ਆ ਤੂੰ ਸਮੁੰਦਰ ਕਿਨਾਰੇ ਬੈਠੀ ਹੂੰ ਕਭੀ ਤੋ ਲਹਿਰ ਆਏਗੀ ਛਾਲ ਮਾਰ ਮਰ ਜਾਣਾ ਚੁੱਪ ਕਰ ਜਾ ਸਮੁੰਦਰ ਕਿਨਾਰੇ ਬੈਠੀ ਹੂੰ ਕਭੀ ਤੋ ਲਹਿਰ ਆਏਗੀ ਜਦੋਂ ਮੇਰਾ ਵਿਆਹ ਹੋਏਗਾ ਫਿਰ ਲਵ ਯੂ ਦੇਖਣਾ ਯੂਕੇ ਜਾਏਗੀ ਵਾਹ 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 ਭਾਈ ਇਹ ਤੇ ਜਿਹੜਾ ਪਹਿਲੇ ਯੂਕੇ ਹੋਈ ਆ ਉਦੋਂ ਦਿਲ ਨਹੀਂ ਭਰਿਆ ਜੇ ਤੇਰਾ ਸਿਰ ਉਹ ਤੇ ਯੂ ਐਸ ਏ ਗਈ ਸੀ ਨਾ ਅੱਛਾ ਯੂ ਐਸ ਏ ਗਈ ਸੀ ਹਾਂਜੀ ਸਰ ਹੁਣ ਤੱਕ ਤੂੰ ਤੱਕ ਤੋਤੀਆ ਹਈ ਜਮਾਲੋ ਹਾ ਉਹ ਇੱਕ ਮਿੰਟ ਉਹ ਇੱਕ ਮਿੰਟ ਤੂੰ ਤੱਕ ਤੋਤੀਆ ਹਈ ਜਮਾਲੋ ਓਏ ਉਹ ਉਹ ਕੋਣ ਤੂੰ ਇਛਨੇ ਸੰ 6 ਵਰਗਾ ਮੂੰਹ ਲੈ ਕੇ ਆ ਗਏ ਮੂੰਹ ਸੁਣ ਭਾਗ ਰੇ ਤੁਸੀਂ ਗੱਲ ਕੋਣ ਭੰਗੜੇ ਮੂੰਹ ਸੁਣ ਭਾਗ ਰੇ ਮੂੰਹ ਸੁਣ ਭੰਗੜੇ ਮੇਰਾ ਨਾਮ ਹੁੰਦੀ ਮੂੰਹ ਸੁਣ ਭਾਗ ਰੇ ਯਾਰ ਇਹ ਮਜ਼ਾਕਪੁਰ ਚ ਕਿੱਦਾਂ ਕਿੱਦਾਂ ਦੇ ਲੋਕ ਸ਼ਿਫਟ ਹੋਣ ਲੱਗ ਗਏ ਹਾਂ ਜਿਹੜੇ ਗਲਤ ਜਗ੍ਹਾ ਚੰਗੇ ਭਲੇ ਪੰਜਾਬੀ ਲੋਕ ਰਹਿੰਦੇ ਸੀ ਕਿੱਥੋਂ ਕੌਣ ਏ ਇਹ ਕੌਣ ਏ ਉਹ ਤੂੰ ਕੌਣ ਆ ਉਹਦੀ ਤਾਂ ਛੱਡ ਉਹਨੂੰ ਤਾਂ ਅਸੀਂ ਜਾਣਦੇ ਆ ਤੇ ਬੜਾ ਪੁਰਾਣਾ ਤਾਂ ਤੂੰ ਨਵਾਂ ਆ ਤੂੰ ਕੌਣ ਆ ਮੂੰਹ ਸੁਣ ਭਾਗ ਰੇ ਇੰਦਰੇ ਪੁੱਤਰ ਸਿਰਫ ਇੱਕ ਚੀਜ਼ ਦੱਸ ਦੇ ਤੈਨੂੰ ਅੰਦਰੋਂ ਤਾਰ ਕਿਹੜੀ ਤੰਗ ਕਰਦੀ ਹੈ ਕੀ ਸੁਣ ਮੰਗ ਰਿਹਾ ਹੈ ਕਿ ਸੁੰਗਣ ਨੂੰ ਕਹਿੰਦੇ ਕੁਝ ਕੀ ਸੁੰਗ ਲਿਆ ਕੀ ਸੁੰਗਿਆ ਸਾਪ ਸੁੰਗਿਆ ਬੇਟਾ ਦੋ ਮੂੰਹ ਹੈ ਸੱਪ ਵਰਗਾ ਤੇਰਾ ਆਪਣਾ ਮੂੰਹ ਹੈ ਤੂੰ ਕਿੱਥੋਂ ਸੱਪ ਸੁੰਗ ਲਿਆ ਇਹ ਉਹ ਆਈ ਉਧਰ ਦਾ ਕਿੱਧਰ ਦਾ ਉਹ ਜਿਹੜਾ ਮਣੀਪੁਰ ਹੈ ਅੰਸ਼ਾ ਵਾਚਾ ਹੋ ਹਾ ਮਣੀਪੁਰ ਲਾ ਵੀ ਐਦਾਂ ਖਸ ਖਸ ਕਰਕੇ 4-1500 ਮੱਛਰ ਤੇ ਖਾ ਗਿਆ ਸਾਡੇ ਥਾਣੇ ਤੇ ਤੇਰੇ ਗਾਲਾਂ ਤੇ ਨਹੀਂ ਕੱਢੀ ਜਾਂਦਾ ਕਿਤੇ ਗਾਲ ਨਹੀਂ ਕੱਢੀ ਹੈ ਗਾਲ ਨਹੀਂ ਕੱਢੀ ਗਾਲ ਨਹੀਂ ਕੱਢੀ ਲਾ ਵੀ ਪਿੱਛੋਂ ਪਰਮੇਸ਼ ਵਰਮਾ ਦਾ ਯਾਰ ਦੋਸਤ ਹੀ ਹੈ ਮੈਂ ਲਾ ਲਿਆ ਹਿਸਾਬ ਇਹਦਾ ਹਾਂ ਸਾਡੇ ਸ਼ੋਅ 'ਚ ਵੀ ਆਏ ਸੀਗੇ ਪਰਮੇਸ਼ ਜੀ ਆ ਗਾਲ ਨਹੀਂ ਕੱਢਣੀ ਨਹੀਂ ਮੈਨੂੰ ਇੱਕ ਦੱਸੋ ਕੀ ਨਾਮ ਕੀ ਦੱਸਿਆ ਯਾਰ ਤੇਰਾ ਨਾਂ ਹੀ ਇੱਕ ਤੇ ਭਾਂਗਰੇ ਆ ਸੁੰਗ ਸੁੰਗੜੇ ਭਾਂਗਰੇ ਭਾਂਗਰੇ ਫੁੰਗ ਸੁ ਭਾਂਗਰੇ ਨਹੀਂ ਸਰ ਹੁੰਗ ਸੁੰਗ ਭਾਂਗੜੇ ਸੁੰਗ ਭਾਂਗੜੇ ਸਰ ਹੁੰਗ ਪਤਾ ਨਹੀਂ ਕੀ ਹੁੰਦਾ ਹਿੰਗ ਹੋਣਾ ਹਿੰਗ ਨਹੀਂ ਸੁੰਗੇ ਤੁਸੀਂ ਐਸੀ ਲੋਰਤੀ ਕਿਆ ਨਾਮ ਹੈ ਲੋਰਤੀ ਕਾ ਲਵ ਯੂ ਆਇਓ ਹੀ ਤੂੰ ਮਰ ਜਾਣਾ ਕਿਸਨ ਮਾਰ ਕੇ ਨੱਕ ਬਿੰਗੀ ਕਰ ਦੂੰ ਪੰਦ ਜੇ ਓਏ ਮੁਰੀ ਬੋਲਾ ਲਵ ਯੂ ਓਏ ਉਹਦਾ ਨਾਮ ਹੈ ਲਵ ਯੂ ਆਈ ਲਵ ਯੂ ਟੂ ਕਹਤਾ ਯੋ ਤੂੰ ਕੱਚ ਦੀ ਪਲੇਟ ਅਰਗਾ ਤੇਰਾ ਮੂੰਹ ਹੈ ਐਸੀ ਲੋਰਤੀ ਜਬ ਹਮ ਈਟ ਅਸਤੋਰਤੀ ਵੈਸਾ ਮੂੰਹ ਬੰਤੀ ਲਓ ਜੀ ਕਹਿੰਦਾ ਜਦੋਂ ਬੈਠਾ ਤੂੰ ਨਹੀਂ ਰੱਖ ਲੈ ਜਾਂਦੇ ਤੇਰੇ ਅਰਗਾ ਮੂੰਹ ਇੱਕ ਮਿੰਟ ਹੋਏ ਆਹੋ ਇਹ ਤਾਂ ਬਣਦਾ ਲੱਗਦਾ ਸੇ ਵੀ ਹੈ ਆ ਗੱਲ ਠੀਕ ਆ ਵੀ ਤੇਰੀ ਇਹ ਅੱਛੀ ਗੱਲ ਅੱਛਾ ਹੁਣ ਆਇਆ ਤੂੰ ਕਿੱਥੋਂ ਮਣੀਪੁਰ ਤੋਂ ਮਣੀਪੁਰ ਤੇ ਕੀ ਚੀਜ਼ ਤਾਂ ਇਹਨੂੰ ਕੱਢ ਲਾਇਆ ਕਿ ਬੈਲਟ ਕਰਾਇਆ ਨਾ ਇਹ ਸਟਾਈਲ ਹੋਤੀ ਕੀ ਹੁੰਦੀ ਹਮਾਰ ਕੁੰਫੂ ਸਟਾਈਲ ਹੋਤੀ ਹਾ ਹਾ ਇੱਕ ਮਿੰਟ ਇੱਕ ਮਿੰਟ ਉਸਕੋ ਪੀਛੇ ਕਰ ਹਾ ਹਾ ਪੁੱਤਰ ਤੂੰ ਥੋੜਾ ਪਾਣੀ ਪਾ ਲਾ ਆਟਾ ਸੇ ਕਿਹਾ ਨਹੀਂ ਜੀ ਇਹ ਕੀ ਕੀਤਾ ਤੂੰ ਹਾਂ ਇਸੇ ਰੇਦੀ ਕੀ ਚੋਟ ਲੱਗਦੀ ਕੀ ਲੱਗਦੀ ਕਿਉਂ ਲੱਗਦੀ ਇਹਦੀ ਜੁੱਤੀ ਵੀ ਬਹੁਤ ਲੱਗਦੀ ਹੈ ਉਹ ਦੇਖ ਲੈ ਟਰਾਈ ਕਰਨੀ ਹੈ ਤੇ ਪੈਰੋਂ ਮੇ ਲੱਗਦੀ ਤੇਲ ਦੇ ਦੇ ਦੇਖੋ ਤੇ ਨਹੀਂ ਨਹੀਂ ਪੈਰੋਂ ਮੇ ਨਹੀਂ ਲੱਗਦੀ ਮੂੰਹ ਤੇ ਲੱਗਦੀ ਜੇ ਦੂਰੋਂ ਬਗਾ ਕੇ ਸੁੱਟੀ ਹੁੰਦੀ ਤੇ ਮੂੰਹ ਵੀ ਤੇਲ ਆਤੀ ਠੀਕ ਹੁੰਦੀ ਹਾਂ ਫਿਰ ਮੂੰਹ ਤੇ ਤੇਲ ਇਹ ਗੱਲ ਅੱਛੀ ਹੈ ਤੇਰੀ ਫਿਰ ਮੂੰਹ ਤੇ ਤੇਲ ਆਤੀ ਫਿਰ ਮੂੰਹ ਠੀਕ ਹੁੰਦੀ ਠੀਕ ਹੁੰਦੀ ਹਾਂ ਲੈ ਵੀ ਤੇਰਾ ਮੂੰਹ ਇਦਾਂ ਬਣ ਗਿਆ ਜਿੱਦਾਂ ਕਿਸੇ ਨੇ ਪਲਾਸਟਿਕ ਦੀ ਪਾਈਪ ਤੇ ਪੈਰ ਨਹੀਂ ਰੱਖ ਦਿੱਤਾ ਹੁੰਦਾ ਤੇ ਐਂਚ ਚਿੱਬੀ ਹੋ ਜਾਂਦੀ ਅਗੋਂ ਲਾਲੀ ਕੀ ਲੜਕੀ ਆ ਮੂੰਹ ਕਿਉਂ ਕਿਉਂ ਬੋਲਦੀ ਕੀ ਬੋਲਦੀ ਕਿਉਂ ਇਹ ਪੁੱਤਰ ਮੈਨੂੰ ਲੱਗਦਾ ਤੂੰ ਸਾਰੀਆਂ ਅੰਨੀਆਂ ਕੁੜੀਆਂ ਕੋ ਪੁੱਛ ਬੈਠਾ ਜਿਨ੍ਹਾਂ ਨੂੰ ਦਿਖਣਾ ਬੰਦ ਹੈ ਮਾਰੇ ਉਹ ਹੈ ਸੁੰਦਰ ਸੁੰਦਰ ਕਾਦੀ ਹੁੰਦੀ ਹੈ ਨਹੀਂ ਸੁੰਦਰ ਹੁੰਦੀ ਹੈ ਇਹ ਚ ਕੋਈ ਉਹ ਸ਼ੱਕ ਨਹੀਂ ਹੈ ਪਰ ਸਾਰੀਆਂ ਇੱਕੋ ਜਿਹੀਆਂ ਕੋ ਹੁੰਦੀਆਂ ਮੈਨੂੰ ਲੱਗਦਾ ਤੁਹਾਡੇ ਉਧਰ ਤੇ ਜੇ ਕੋਈ ਕੁੜੀ ਦੇਖਣ ਆ ਜਾਵੇ ਹਾਂਜੀ ਸਰ
ਤੇ ਜਿਹੜੀ ਕੁੜੀ ਨੂੰ ਦੇਖਣ ਹੁੰਦਾ ਜੇ ਬਾਜ਼ਾਰ ਗਈ ਹੁੰਦੀ ਉਹ ਛੋਟੀ ਦਿਖਾ ਦੇ ਕਹਿੰਦੇ ਯਾਰ ਦੇਖ ਲੋ ਇਹ ਵੀ ਸੇਮ ਹੀ ਆ ਹਮਾਰੇ ਵਾਕੀ ਲੜਕੀ ਛੋਟੀ ਹੀ ਹੋਤੀ ਹਾਂ ਹਮਾਰੇ ਵਾਕੀ ਲੜਕੀ ਛੋਟੀ ਛੋਟੀ ਹੋਤੀ ਉਹ ਤਾਂ ਮੈਨੂੰ ਪਤਾ ਤੁਹਾਡਾ ਮੂੰਹ ਇਦਾਂ ਵੀ ਹੁੰਦਾ ਜ਼ਿਆਦਾਤਰ ਜਿੱਦਾਂ ਆਟੇ ਦਾ ਪੇੜਾ ਬਣਾ ਕੇ ਉਹਨੂੰ ਨੱਪ ਦਿੱਤਾ ਹੁੰਦਾ ਤੇ ਬਾਅਦ ਚ ਅੱਖਾਂ ਖਤਾ ਕਿਹਨਾਂ ਗੱਲ ਨਹੀਂ ਆਈ ਕੋ ਉਹ ਮਾਰਾ ਕੌਂਤਰੀਕਾ ਸਖਲ ਹੋਤੀ ਕੌਂਤਰੀਕਾ ਸ਼ਗਨ ਹੋਤੀ ਅੱਛਾ ਉਹ ਕਹਿੰਦਾ ਕੌਂਟਰੀ ਪਾਣੇ ਨਾ ਅਸੀਂ ਤਾਂ ਇਦਾਂ ਦੀ ਸ਼ਕਲ ਹੋ ਜਾਂਦੀ ਸਾਡੀ ਸਰ ਇੱਕ ਹੀ ਗੱਲ ਕੀਤੀ ਹੈ ਤੂੰ ਮੈਂ ਕੌਂਤਰੀ ਬੂ ਸੰਗੀ ਬਾਤ ਨਹੀਂ ਕਰਦੀ ਸਰ ਵੈਸੇ ਹਾਂ ਓ ਜੀ ਵਾ ਸਰ ਜਦੋਂ ਆਪਾਂ ਉਹ ਤੂੰ ਆ ਗੱਲ ਨੂੰ ਆਮ ਤਰੀਕੇ ਨਾਲ ਨਹੀਂ ਕਰ ਸਕਦਾ ਕਿ ਮੇਰੇ ਉੱਥੇ ਐਦਾਂ ਹੁੰਦਾ ਐਦਾਂ ਆ ਜਾ ਓ ਭਾ ਜਾ ਇਹ ਕਿਉਂ ਕਰਨਾ ਉਹਨਾਂ ਨੂੰ ਇਹਨੂੰ ਪੁੱਛ ਨੋਰਮਲ ਆਵਾਜ਼ ਚ ਬੋਲ ਕੇ ਦੇਖੇ ਤਾਂ ਤੇ ਤੂੰ ਪੁੱਛ ਲੈ ਤੈਨੂੰ ਕੀ ਡਾਕਟਰ ਨੇ ਮਨਾ ਕੀਤਾ ਨਹੀਂ ਪੱਟਾਂ ਤੇ ਹੱਥ ਮਾਰ ਕੇ ਹਾਏ ਨਹੀਂ ਆ ਜਾ ਗੱਲ ਸੁਣ ਮਟਿਆਰੇ ਸੁਣ ਲੈਨੇ ਮੇਰੇ ਫਰੇਮ ਚ ਆ ਥੋੜਾ ਦੱਸ ਕੀ ਗੱਲ ਆ ਇੱਕ ਮਿੰਟ ਜੀ ਮਹਾਰਾਜ ਸਤਿ ਸ੍ਰੀ ਅਕਾਲ ਲੈ ਅੱਜ ਤੇ ਮੈਂ ਦੇਖ ਲਿਆ ਵੀ ਹਾਂਜੀ ਸਰ ਇਹ ਥਾਣੇ ਦੇ ਭਾਅ ਖੁੱਲ ਗਏ ਅੱਜ ਕੱਲ ਇੱਕ ਇੱਕ ਕੇਸ ਨਹੀਂ ਆਉਂਦਾ ਅੱਜ ਕੱਲ ਦੋ ਦੋ ਬੰਦੇ ਬੂਥਾ ਚੁੱਕੇ ਜਾਂਦੇ ਹਾਂਜੀ ਫੋੜਾ ਦੱਗਿਆ ਮਾਰਨ ਨੂੰ ਕਿਹਨੇ ਗਿਆ ਸੀ ਪਰ ਇਹ ਇਦਾਂ ਦਾ ਇੱਕ ਚਪੇੜ ਮੂੰਹ ਦੇ ਮਾਰ ਕੋ ਕਿ ਤੇਰਾ ਮੂੰਹ ਵੀ ਕਿਸੇ ਫੋੜੇ ਤੋਂ ਘੱਟ ਨਹੀਂ ਕੌਣ ਸਿਖਾਤੇ ਪੁੱਤਰ ਮੱਥੇ ਵਾਲਾ ਫੋੜਾ ਅੰਦਰ ਕਰ ਮਾਰ ਮਾਰ ਕੇ ਮੈਂ ਜੀ ਭੋਲਾ ਪਹਿਲਵਾਨ ਵਾਹ ਵਾਹ ਸ਼ਕਲ ਤੋਂ ਇਦਾਂ ਲੱਗਦਾ ਕਿ ਇਹ ਛੋਟੇ ਬੱਚੇ ਦੀ ਗਲਤ ਜਗ੍ਹਾ ਫੋੜਾ ਹੋਇਆ ਹੁੰਦਾ ਇਨ ਨਾਮ ਫੋੜਾ ਪਹਿਲਵਾਨ ਉਹ ਠਹਿਰ ਜਾ ਓਏ ਆਪਣਾ ਐਕਸੈਂਟ ਸੁਧਾਰ ਥੋੜਾ ਜਿਹਾ